ਤੁਸੀਂ ਦਾਰੂ ਦੀਆਂ ਬੋਤਲਾਂ ਦੇਖੀਆਂ ਹੋਣਗੀਆਂ, ਪੌਏ ਦੇਖੇ ਹੋਣਗੇ, ਅਧੀਏ ਦੇਖੇ ਹੋਣਗੇ ਜਾਂ ਫਿਰ ਡਰੰਮ ਵੀ ਦੇਖੇ ਹੋਣਗੇ। ਪਰ ਇਸ ਵੀਡੀਓ ਵਿੱਚ ਜੋ ਤੁਸੀਂ ਦੇਖ ਰਹੇ ਹੋ ਇਹ ਹੈ ਦਾਰੂ ਦਾ ਨਲਕਾ। ਵੀਡੀਓ ਵਿੱਚ ਆਬਕਾਰੀ ਵਿਭਾਗ ਵੱਲੋਂ ਕਿਸੇ ਪਿੰਡ ਵਿੱਚ ਨਜਾਇਜ਼ ਸ਼ਰਾਬ ਫੜਨ ਲਈ ਛਾਪੇਮਾਰੀ ਕੀਤੀ ਗਈ ਸੀ, ਪਰ ਉੱਥੇ ਦਾਰੂ ਕਿਸ ਹਾਲਤ ਵਿੱਚ ਮਿਲੀ ਉਹ ਦੇਖ ਕੇ ਖੁਦ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਦੇ ਵੀ ਹੋਸ਼ ਉੱਡ ਗਏ। ਵੀਡੀਓ ਵਿੱਚ ਦੇਖੋ ਕਿ ਕਿਵੇਂ ਇਸ ਪਿੰਡ ਵਿੱਚ ਕਿਸੇ ਘਰ ਵਿੱਚ ਦਾਰੂ ਦੇ ਖੂਹ ਭਰੇ ਹੋਏ ਨੇ ਅਤੇ ਜਿਨ੍ਹਾਂ 'ਚੋਂ ਦਾਰੂ ਨੂੰ ਨਲਕੇ ਚਲਾ ਚਲਾ ਕੇ ਬਾਹਰ ਕੱਢਿਆ ਜਾ ਰਿਹਾ। ये दारू भर के लाते हुए हमारे आबकारी कर्मचारी पीआरडी जवान, यहाँ तो दारू पानी की तरह है यार, ये भरे पड़े हैं ड्रम। अरे ये पकड़ना जरा, पी पकड़ो यार, उतार इसमें भरवाओ, ना ना पकड़ के रखो। अरे भैंसो अलग अलग रंग की निकल रही है, दूधिया रंग की आ गई अब तो। ये कितना बड़ा गड्ढा है नीचे, नीचे टैंक है ये पूरा होगा। हाँ ये टैंक है पूरा। ਇਹ ਵੀਡੀਓ ਦਿੱਲੀ ਜਾਂ ਹਰਿਆਣੇ ਦੀ ਲੱਗ ਰਹੀ ਹੈ ਪਰ ਪੰਜਾਬ ਦੀ ਨਹੀਂ। ਪਰ ਇਹ ਗੱਲ ਪੱਕੀ ਹੈ ਕਿ ਤਸਵੀਰਾਂ ਭਾਰਤ ਦੇ ਹੀ ਕਿਸੇ ਰਾਜ ਦੀਆਂ ਨੇ, ਜਿਸ ਨੂੰ ਦੇਖ ਕੇ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਨਸ਼ੇ ਸਿਰਫ ਪੰਜਾਬ ਵਿੱਚ ਹੀ ਨਹੀਂ ਬਾਕੀ ਦੇ ਰਾਜਾਂ ਵਿੱਚ ਵੀ ਨੇ।